पंजाब सरकार दे लीडरां अते अधिकारियां दी किते ना किते कोई ना कोई अजही करतूत सामने आ जांदी है जिस नाल सारे पंजाब दे मत्थे ते कलंक मड़िया जांदा। पहलां देखो सिक्ख्या मंत्री दी कोठी अगे प्रशासन दे कुछ अधिकारियां दी गंदी करतूत। किरनपाल जी जिहड़े इत्थे तहसीलदार ने मनमोहन सिंह जी उन्होंने मेरे नाल बदतमीजी कीती है जी। उन्होंने मतलब मेरे हाथ टच किया जी, मैनू गलत टच किया जी। ਵੀ ਮੈਂ ਚਾਹੁੰਦੀ ਹਾਂ ਵੀ ਉਹ ਆ ਕੇ ਮੇਰੇ ਤੋਂ ਪੂਰੀ ਯੂਨੀਅਨ ਦੇ ਸਾਹਮਣੇ ਮਾਫੀ ਮੰਗਣ। ਹਾਂਜੀ ਮੈਨੂੰ ਇਨਸਾਫ ਚਾਹੀਦਾ ਜੀ। ਆਪਣੀਆਂ ਨੌਕਰੀਆਂ ਦੀ ਮੰਗ ਨੂੰ ਲੈ ਕੇ ਬੀਤੇ ਤਕਰੀਬਨ 50 ਦਿਨਾਂ ਤੋਂ ਬੀਐਡ ਟੈਟ ਪਾਸ ਅਧਿਆਪਕ ਡੀਸੀ ਦਫ਼ਤਰ ਦੇ ਬਾਹਰ ਲਗਾਤਾਰ ਜੱਦੋਜਹਿਦ ਕਰ ਰਹੇ ਨੇ, ਪਰ ਹਲੇ ਤੱਕ ਉਹਨਾਂ ਦੀ ਗੱਲ ਤੇ ਨਾ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੌਰ ਕੀਤਾ ਤੇ ਨਾ ਹੀ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਨੇ। ਉੱਤੋਂ ਆਏ ਦਿਨ ਵਿਜੇਂਦਰ ਸਿੰਗਲਾ ਦੀ ਗੁੰਡਾਗਰਦੀ ਦੀ ਕੋਈ ਨਾ ਕੋਈ ਘਟਨਾ ਸਾਹਮਣੇ ਆ ਜਾਂਦੀ ਹੈ, ਜਿਸ ਦੇ ਚੱਲਦਿਆਂ ਦੀਵਾਲੀ ਨੂੰ ਮੱਦੇਨਜ਼ਰ ਪ੍ਰਦਰਸ਼ਨਕਾਰੀਆਂ ਨੇ ਕੈਪਟਨ ਸਰਕਾਰ ਦਾ ਦੀਵਾਲਾ ਕੱਢਣ ਦੀ ਥਾਂ ਲਈ ਅਤੇ ਕਾਲੀ ਦੀਵਾਲੀ ਮਨਾਉਣ ਪਹੁੰਚ ਗਏ ਸਿੱਖਿਆ ਮੰਤਰੀ ਦੀ ਕੋਠੀ ਅੱਗੇ, ਜਿੱਥੇ ਪ੍ਰਸ਼ਾਸਨ ਅਤੇ ਬੇਰੁਜ਼ਗਾਰ ਅਧਿਆਪਕਾਂ 'ਚ ਝੜਪ ਹੋ ਗਈ, ਜਿਸ ਦੌਰਾਨ ਪ੍ਰਸ਼ਾਸਨ ਦੀ ਵੱਡੀ ਕਰਤੂਤ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਝੜਪ ਦੌਰਾਨ ਪ੍ਰਸ਼ਾਸਨ ਦੇ ਇੱਕ ਮਰਦ ਅਧਿਕਾਰੀ ਨੇ ਇੱਕ ਮਾਸੂਮ ਨੂੰ ਹਫਸ ਦੇ ਤਰੀਕੇ ਨਾਲ ਟੱਚ ਕੀਤਾ ਅਤੇ ਇੱਕ ਮਰਦ ਅਧਿਕਾਰੀ ਨੇ ਇੱਕ ਕੁੜੀ ਦੇ ਥੱਪੜ ਮਾਰ ਦਿੱਤਾ। ਇਸ ਬਾਬਤ ਕਈ ਕੁੜੀਆਂ ਦੀਆਂ ਚੁੰਨੀਆਂ ਅਤੇ ਕੱਪੜੇ ਫਟਣ ਦੀ ਜਾਣਕਾਰੀ ਵੀ ਸਾਹਮਣੇ ਆਈ। ਸਰ ਬੀਐਡ ਟੈਟ ਪਾਸ ਯੂਨੀਅਨ ਪੰਜਾਬ ਸਾਰੇ ਅੱਜ ਟੈਟ ਪਾ ਬੀ ਐੱਡ ਟੈਟ ਪਾਸ ਨੇ ਜਿਹੜੇ ਅੱਜ ਕਾਲੀ ਦੀਵਾਲੀ ਮਨਾਉਣ ਲਈ ਸਿੰਗਲਾ ਸਾਹਿਬ ਦੀ ਕੋਠੀ ਆਏ ਆ ਅਤੇ ਇੱਥੇ ਸਾਡੇ ਨਾਲ ਪੁਲਿਸ ਪ੍ਰਸ਼ਾਸਨ ਨੇ ਮਤਲਬ ਬਹੁਤ ਬਦਤਮੀਜ਼ੀ ਕੀਤੀ ਹੈਗੀ ਕਿ ਜਿਹੜੇ ਕਾਂਸਟੇਬਲ ਸੀਗੇ ਜੈਂਟਸ ਕਾਂਸਟੇਬਲ ਸੀ ਉਹਨਾਂ ਨੇ ਸਾਡੇ ਲੇਡੀਜ਼ ਨਾਲ ਦੁਰਵਿਵਹਾਰ ਕੀਤਾ ਹੈਗਾ, ਬਦਤਮੀਜ਼ੀ ਕੀਤੀ ਆ। ਬਾਕੀ ਇੱਕ ਤੁਸੀਂ ਤੁਹਾਨੂੰ ਦੱਸਿਆ ਕਿਰਨਪਾਲ ਕੌਰ ਵਿਦਿਆਰ ਜਿਹੜੀ ਸਾਡੀ ਬੀ ਐੱਡ ਟੈਟ ਪਾਸ ਦੀ ਕੈਂਡੀਡੇਟ ਹੈਗੀ ਉਹਦੇ ਨਾਲ ਨੈਬ ਤਹਿਸੀਲਦਾਰ ਮਨਮੋਹਨ ਸਿੰਘ ਨੇ ਉਹਦੇ ਗਲਤ ਬੋਡੀ 'ਤੇ ਮਤਲਬ ਟੱਚ ਕੀਤਾ ਹੈਗਾ ਅਤੇ ਦੁਰਵਿਵਹਾਰ ਕਰਨ ਦੀ ਕੋਸ਼ਿਸ਼ ਕੀਤੀ ਹੈਗੀ। ਅਤੇ ਸਰ ਅਸੀਂ ਇਹ ਚਾਹੁੰਦੇ ਹਾਂ ਕਿ ਇੱਕ ਤਾਂ ਸਾਨੂੰ ਜਿਹੜਾ ਇਹ ਦੁਰਵਿਵਹਾਰ ਆ ਇਹਦਾ ਇਨਸਾਫ ਮਿਲਣਾ ਚਾਹੀਦਾ ਹੈਗਾ ਕਿਰਨਪਾਲ ਕੌਰ ਨਾਲ ਖਾਸ ਕਰਕੇ। ਦੂਸਰਾ ਹੈਗਾ ਹੈਗਾ ਜਿਹੜਾ ਕਿ ਜਿਹੜੀ ਸਾਡੀ ਅਸੀਂ ਤੁਹਾਨੂੰ ਪਤਾ ਹੀ ਹੈਗਾ ਕਿ ਪਹਿਲਾਂ ਵੀ ਸਰ ਦੀ ਕੋਠੀ ਆਏ ਸੀ, ਇਹਨਾਂ ਨੇ ਭਰੋਸਾ ਦਿੱਤਾ ਸੀਗਾ ਕਿ ਤੁਹਾਡੀ ਜਿਹੜੀਆਂ ਸਾਰੀਆਂ ਮੰਗਾਂ ਨੇ ਉਹਨਾਂ ਨੂੰ ਪੂਰੀਆਂ ਕੀਤਾ ਜਾਊਗਾ ਅਤੇ ਮੀਟਿੰਗਾਂ ਦੇ ਦਿੰਦੇ ਨੇ, ਮੀਟਿੰਗਾਂ ਦੇ ਵਿੱਚ ਲਾਰੇ ਦਿੰਦੇ ਨੇ। ਅੱਜ ਅਸੀਂ ਇੱਥੇ ਇਹਨਾਂ ਦੇ ਜਿਹੜੀ ਕੋਠੀ ਅੱਗੇ ਹੈਗੇ ਉਹ ਇਹਨਾਂ ਦਾ ਦੀਵਾਲਾ ਕੱਢਣ ਲਈ ਪਹੁੰਚੇ ਹਾਂਗੇ ਅਤੇ ਸਾਡੇ ਨਾਲ ਜੇ ਸਰ ਮਤਲਬ ਕੋਈ ਸਾਨੂੰ ਸਾਰਥਿਕ ਇਹਦਾ ਠੋਸ ਜਾਂ ਹੱਲ ਨਹੀਂ ਲੱਭਦੇ ਹੈਗੇ ਤਾਂ ਇਹ ਸਾਡੀ ਜਿਹੜੀ ਮੰਗ ਹੈਗੀ ਉਸ ਵਿੱਚ ਤਸਲੀਮ। ਹਾਂਜੀ ਸਰ ਉਹ ਵੀ ਹੈਗਾ ਗਾ, ਥੱਪੜ ਵੀ ਮਾਰਿਆ ਗਿਆ ਅਤੇ ਗਲਤ ਹੈਗਾ ਵੀ ਟੱਚ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਰ। ਨਾਇਬ ਤਹਿਸੀਲਦਾਰ ਮਨਮੋਹਨ ਸਿੰਘ ਨੇ ਜੀ ਜਿਹੜੇ ਕਿ ਮਤਲਬ ਆਪਣੇ ਸਿਵਲ ਦੇ ਵਿੱਚ ਨੇ ਅਤੇ ਉਹਨਾਂ ਨੇ ਸਪੈਸ਼ਲੀ ਉਹਨਾਂ ਨੂੰ ਅੱਗੇ ਫੋਰਸ ਕੀਤਾ ਗਿਆ, ਉਹਨਾਂ ਨੇ ਮੈਨੂੰ ਵੀ ਟੱਚ ਕੀਤਾ ਹੈਗਾ ਅਤੇ ਮੈਨੂੰ ਵੀ ਉਹਨਾਂ ਨੇ ਮਤਲਬ ਧੱਕੇ ਮਾਰੇ ਨੇ, ਸਾਰਿਆਂ ਨੂੰ ਉਹ ਧੱਕੇ ਮਾਰ ਰਹੇ ਸੀਗੇ, ਤੁਸੀਂ ਮਤਲਬ ਵੀਡੀਓ ਦੇ ਥਰੂ ਵੀ ਦੇਖ ਸਕਦੇ ਹੋ। ਇਸ ਦੇ ਬਾਅਦ ਮਾਮਲਾ ਲਗਾਤਾਰ ਤੁਲ ਫੜਦਾ ਗਿਆ, ਅਧਿਆਪਕ ਯੂਨੀਅਨ ਨੇ ਅਧਿਕਾਰੀ ਅੱਗੇ ਮਾਫੀ ਮੰਗਣ ਦੀ ਮੰਗ ਰੱਖੀ, ਪਰ ਅਧਿਕਾਰੀ ਵੱਲੋਂ ਵਿਅਕਤੀਗਤ ਤੌਰ ਤੇ ਮਾਫੀ ਨਾ ਮੰਗਣ ਤੇ ਅਧਿਆਪਕਾਂ ਨੇ ਭੜਕ ਰੋਡ ਜਾਮ ਕਰ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ ਦੇਰ ਰਾਤ ਤੱਕ ਭੜਾਸ ਕੱਢੀ, ਜਿਸ ਤੋਂ ਬਾਅਦ ADC ਬੱਤਰਾ ਅਤੇ ਕੁਝ ਹੋਰ ਉੱਚ ਅਧਿਕਾਰੀਆਂ ਨੇ ਆ ਕੇ ਇਸ ਮਾਮਲੇ ਨੂੰ ਹੱਲ ਕਰਵਾਇਆ। ਆਪਾਂ ਜਿਹੜਾ ਲੰਬਾ ਸਮਾਂ ਇੱਥੇ ਬੈਠੇ ਹਾਂ ਇਹਦੇ ਵਿੱਚ ਆਪਣੀ ਮਨਸਾ ਇਹ ਨਹੀਂ ਸੀ ਕਿ ਆਪਾਂ ਕੀਤੀ ਸੀ ਉਸ ਨੂੰ ਪੂਰਾ ਕਰਨ ਵਾਸਤੇ ਆਪਾਂ ਕੁਝ ਕੁ ਸਮਾਂ ਲੱਗਿਆ ਹੈਗਾ ਤੁਹਾਡੇ ਕਰਨ ਵਾਲੀ ਹੈ ਧਿਆਨ ਸਾਡਾ ਉੱਧਰ ਦੇਣਾ ਬਣਦਾ ਕਿਉਂਕਿ ਸਾਡਾ ਮੋਰਚਾ ਚੱਲਦੇ ਨੂੰ 48 ਦਿਨ ਹੋ ਗਏ ਹੈ ਕਿ ਕਦੇ ਜਦੋਂ ਸਿੰਗਲਾ ਬੋਲਦਾ ਇੱਥੋਂ ਦੇ ਡੀਸੀ ਦਫ਼ਤਰ ਆ ਕੇ ਅਸੀਂ ਉੱਥੇ ਮੈਂਬਰ ਬੇਰੋਜ਼ਗਾਰ ਬੀ ਐੱਡ ਟੈਟ ਪਾਸ ਯੂਨੀਅਨ ਹਾਂਜੀ ਅਸੀਂ ਅੱਜ ਇੱਕ ਹਫ਼ਤੇ ਤੋਂ ਅਸੀਂ ਪ੍ਰੋਗਰਾਮ ਲਿਖਿਆ ਸੀ ਵੀ 26 ਤਰੀਕ ਨੂੰ ਅਸੀਂ ਕਾਲੀ ਦੀਵਾਲੀ ਮਨਾਵਾਂਗੇ ਸਿੱਖਿਆ ਮੰਤਰੀ ਸਿੰਗਲਾ ਦੇ ਬਾਰ 'ਚ ਜਾ ਕੇ, ਪਰ ਅੱਜ ਜਦੋਂ ਅਸੀਂ ਇੱਥੇ ਪਹੁੰਚੇ ਤਾਂ ਸਾਨੂੰ ਕੋਠੀ ਤੋਂ ਪਹਿਲੇ ਬੈਰੀਗੇਡ ਲਾ ਕੇ ਰੋਕਿਆ ਗਿਆ। ਇੱਥੇ ਪ੍ਰਸ਼ਾਸਨ ਵੱਲੋਂ ਸਾਡੇ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਧੱਕਾਮੁੱਕੀ ਕੀਤੀ ਗਈ ਹੈ, ਉੱਥੇ ਲੜਕੀਆਂ ਦੇ ਕੱਪੜੇ ਵੀ ਪਾੜੇ ਗਏ ਆ, ਚੁੰਨੀਆਂ ਪਾੜੀਆਂ ਗਈਆਂ ਅਤੇ ਇੱਕ ਲੜਕੀ ਦੇ ਸਿਵਲ ਡਰੈਸ 'ਚ ਅਧਿਕਾਰੀ ਵੱਲੋਂ ਲੱਪੜ ਵੀ ਮਾਰਿਆ ਗਿਆ ਹੈਗਾ ਅਤੇ ਗਲਤ ਟੱਚ ਵੀ ਕੀਤਾ ਗਿਆ। ਉਦੋਂ ਬਾਅਦ ਹੁਣ ਸਾਡੇ 7 ਮੈਂਬਰਾਂ ਨੇ ਜਾ ਕੇ ਸੂਬਾ ਕਮੇਟੀ ਦੇਣੇ ਜਾ ਕੇ ਅਸੀਂ ਮੰਤਰੀ ਦੇ ਬਾਰ ਦੇ ਵਿੱਚ ਖਾਲੀ ਦੀਵੇ ਲਾ ਕੇ
बुझे दीवे ला के आए हैं तो काली दिवाली का जो असी उलीकिया से प्रोग्राम वो मुकम्मल करके आए हैं। हुण साडी प्रशासन तो मंग है भी जिहड़े अधिकारी ने बस लुकी की है वह आके इत्थे माफ़ी मंगे। संगरूर ADC बत्रा ने भी यह कबूल किया कि अध्यापकों ते प्रशासन के अधिकारियों च धक्का मुक्की हुई सी पर बत्रा साहब ने अपने अधिकारी का पक्ष पूरदिया कहा कि धक्का मुक्की दौरान थोड़ी गलतफहमी हुई सी जिसनों हल कर लिया गया। नहीं नहीं इन्होंने दसिया कि कोई मिसबिहेव मेरे वालों नहीं किया गया तो इन्होंने यही कहा भी जे कोई किसी महसूस होया दैट इज़ अनफॉर्चुनेट अदरवाइज दे आर सिटिंग हूँ ये तो इन्वेस्टिगेशन की गल होंगी ना भी की है फिलहाल तो उन्होंने वालों अलेज किया है देखो ये तो हम उन्होंने अलग अलग इशूज है हम उन्होंने मन च की है या की इशू है बारे मैं तो प्रडिक्ट नहीं कर सकता है ना उन्होंने आपका इशू है जो कोई प्रोलोंग करना चाहते हैं ये तो उन्होंने डिसीजन चकदी टीवी नाल जुड़े रहने लई साडा चैनल सबसक्राइब करो वीडियो सब तो पहला देखने लई बैल आइकन ते क्लिक करना ना भुल्यो।